ਸਤਿ ਸ਼੍ਰੀ ਅਕਾਲ। ਸੋ ਹੁਣ ਅਸੀਂ ਕਰਾਂਗੇ ਤੁਹਾਡੇ ਕੰਮ ਦੀ ਗੱਲ। ਸੋ ਇੱਕ ਸਮਾਂ ਸੀ ਜਦੋਂ ਲੋਕ ਰਵਾਇਤੀ ਬੈਂਕਿੰਗ ਤੇ ਬਹੁਤ ਜ਼ਿਆਦਾ ਨਿਰਭਰ ਸਨ। ਜਦੋਂ ਵੀ ਸਰਕਾਰੀ ਛੁੱਟੀਆਂ ਜਾਂ ਹੜਤਾਲਾਂ ਕਾਰਨ ਬੈਂਕਾਂ ਨੂੰ ਲਗਾਤਾਰ ਕਈ ਦਿਨ ਬੰਦ ਰੱਖਣ ਦਾ ਐਲਾਨ ਕੀਤਾ ਜਾਂਦਾ ਸੀ ਤਾਂ ਪੈਸੇ ਕਢਵਾਉਣ ਦੇ ਲਈ ਬੈਂਕਾਂ ਦੇ ਵਿੱਚ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਸਨ। ਸੋ ਲੋਕ ਘੰਟਿਆਂਬੱਧੀ ਬਾਹਰ ਲਾਈਨ ਦੇ ਵਿੱਚ ਖੜੇ ਰਹਿੰਦੇ ਸਨ। ਪਰ ਡਿਜੀਟਲ ਬੈਂਕਿੰਗ ਦੇ ਰੁਝਾਨ ਦੇ ਵਿੱਚ ਵਾਧੇ ਦੇ ਨਾਲ ਲੋਕਾਂ ਦੀ ਰਵਾਇਤੀ ਨਿਰਭਰਤਾ ਵੀ ਘਟ ਗਈ ਹੈ। ਇੱਕ ਰਿਪੋਰਟ ਮੁਤਾਬਕ ਦੇਸ਼ ਦੇ ਵਿੱਚ 80% ਤੋਂ ਜ਼ਿਆਦਾ ਲੋਕ ਬੈਂਕਿੰਗ ਪ੍ਰਣਾਲੀ ਦੇ ਨਾਲ ਜੁੜੇ ਹੋਏ ਨੇ। ਸੋ ਇਸ ਕਾਰਨ ਹਰ ਕਿਸੇ ਨੇ ਬੈਂਕਾਂ ਦੇ ਵਿੱਚ ਪੈਸਾ ਰੱਖਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਲੋਕ ਉਹਨਾਂ ਤੇ ਭਰੋਸਾ ਕਰਦੇ ਹਨ। ਸੋ ਸਰਕਾਰ ਦੇ ਲਈ ਲੋਕਾਂ ਨੂੰ ਸਹੂਲਤਾਂ ਦੇਣਾ ਵੀ ਹੁਣ ਆਸਾਨ ਹੋ ਗਿਆ। ਸੋ ਬੈਂਕ ਖਾਤੇ ਦੇ ਵਿੱਚ ਨਾ ਸਿਰਫ ਤੁਹਾਡਾ ਪੈਸਾ ਸੁਰੱਖਿਅਤ ਹੈ ਸਗੋਂ ਤੁਹਾਨੂੰ ਵਿਆਜ ਵੀ ਮਿਲਦਾ ਹੈ। ਕਈ ਵਾਰ ਲੋਕ ਆਪਣੀ ਲੱਖਾਂ ਰੁਪਏ ਦੀ ਬਚਤ ਨੂੰ ਵੀ ਬਚਤ ਖਾਤੇ ਦੇ ਵਿੱਚ ਪਾ ਦਿੰਦੇ ਨੇ। ਸੋ ਅਜਿਹੇ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਸੇਵਿੰਗ ਅਕਾਊਂਟ ਦੇ ਵਿੱਚ ਕਿੰਨਾ ਪੈਸਾ ਰੱਖ ਸਕਦੇ ਹੋ ਤਾਂ ਕਿ ਤੁਸੀਂ ਇਨਕਮ ਟੈਕਸ ਵਿਭਾਗ ਦੀ ਰਿਡਾਰ ਦੇ ਵਿੱਚ ਨਾ ਆ ਜਾਓ। ਸੋ ਬਚਤ ਖਾਤੇ ਦੀ ਸੀਮਾ, ਸੋ ਬਚਤ ਖਾਤੇ ਦੇ ਵਿੱਚ ਪੈਸੇ ਰੱਖਣ ਦੀ ਕੋਈ ਸੀਮਾ ਨਹੀਂ ਹੈ। ਤੁਸੀਂ ਇਸ ਦੇ ਵਿੱਚ ਜਿੰਨੇ ਚਾਹੇ ਪੈਸੇ ਜਮ੍ਹਾਂ ਕਰਵਾ ਸਕਦੇ ਹੋ। ਪਰ ਜੇਕਰ ਤੁਹਾਡੇ ਖਾਤੇ ਦੇ ਵਿੱਚ ਜਮ੍ਹਾਂ ਰਕਮ ਆਮਦਨ ਕਰ ਦੇ ਦਾਇਰੇ ਦੇ ਵਿੱਚ ਆਉਂਦੀ ਹੈ ਤਾਂ ਤੁਹਾਨੂੰ ਇਸ ਦੇ ਬਾਰੇ ਅਧਿਕਾਰਤ ਜਾਣਕਾਰੀ ਦੇਣੀ ਪਵੇਗੀ। ਇਸ ਤੋਂ ਇਲਾਵਾ ਆਮਦਨ ਦੇ ਸਰੋਤ ਦਾ ਵੀ ਜ਼ਿਕਰ ਕਰਨਾ ਹੋਵੇਗਾ। ਜੇਕਰ ਤੁਸੀਂ ਇੱਕ ਵਿੱਤੀ ਸਾਲ ਦੇ ਵਿੱਚ ਕਿਸੇ ਬੈਂਕ ਦੇ ਵਿੱਚ 10 ਲੱਖ ਰੁਪਏ ਤੋਂ ਵੱਧ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ ਇਸ ਦੀ ਸੂਚਨਾ ਕੇਂਦਰੀ ਪ੍ਰਤੱਖ ਟੈਕਸ ਬੋਰਡ CBDT ਨੂੰ ਦੇਣੀ ਜ਼ਰੂਰੀ ਹੈ। ਇਹ ਸੀਮਾ FD ਦੇ ਵਿੱਚ ਨਕਦ ਜਮ੍ਹਾਂ, ਮਿਊਚੁਅਲ ਫੰਡਾਂ, ਬੌਂਡਾਂ ਅਤੇ ਸ਼ੇਅਰਾਂ ਦੇ ਵਿੱਚ ਨਿਵੇਸ਼ ਤੇ ਵੀ ਲਾਗੂ ਹੁੰਦੀ ਹੈ। ਜੇਕਰ ਪੈਸੇ ਦੇ ਸਰੋਤ ਦਾ ਖੁਲਾਸਾ ਨਹੀਂ ਕੀਤਾ ਤਾਂ ਕੀ ਹੋਵੇਗਾ? ਜੇਕਰ ਤੁਸੀਂ ਆਪਣੇ ਖਾਤੇ ਦੇ ਵਿੱਚ 10 ਲੱਖ ਰੁਪਏ ਤੋਂ ਵੱਧ ਜਮ੍ਹਾਂ ਕੀਤੇ ਹਨ ਤਾਂ ਇਨਕਮ ਟੈਕਸ ਵਿਭਾਗ ਤੁਹਾਨੂੰ ਸਰੋਤ ਬਾਰੇ ਪੁੱਛ ਸਕਦਾ ਹੈ। ਜੇਕਰ ਉਹ ਤੁਹਾਡੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ ਜਾਂਚ ਵੀ ਕਰ ਸਕਦਾ ਹੈ। ਜੇਕਰ ਤੁਸੀਂ ਜਾਂਚ ਦੌਰਾਨ ਫੜੇ ਜਾਂਦੇ ਹੋ ਤਾਂ ਤੁਹਾਨੂੰ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ। ਇਨਕਮ ਟੈਕਸ ਵਿਭਾਗ ਜਮ੍ਹਾਂ ਰਾਸ਼ੀ ਤੇ 60% ਟੈਕਸ, 25% ਸਰਚਾਰਜ ਅਤੇ 4% ਸੈਸ ਲਗਾ ਸਕਦਾ ਹੈ। ਸੋ ਕੀ ਬਚਤ ਖਾਤੇ ਦੇ ਵਿੱਚ ਪੈਸੇ ਰੱਖਣਾ ਸਹੀ ਹੈ? ਸੋ ਬਚਤ ਖਾਤੇ ਦੇ ਵਿੱਚ ਵੱਡੀ ਰਕਮ ਰੱਖਣ ਦਾ ਕੋਈ ਮਤਲਬ ਨਹੀਂ ਹੈ। ਤੁਸੀਂ ਇਸ ਪੈਸੇ ਨੂੰ ਸਟਾਕ ਮਾਰਕੀਟ ਜਾਂ ਫਿਰ ਮਿਊਚੁਅਲ ਫੰਡ ਦੇ ਵਿੱਚ ਵੀ ਨਿਵੇਸ਼ ਕਰ ਸਕਦੇ ਹੋ ਜਿਸ ਦੇ ਵਿੱਚ ਤੁਹਾਨੂੰ ਚੰਗਾ ਰਿਟਰਨ ਮਿਲ ਸਕਦਾ ਹੈ। ਜੇਕਰ ਤੁਸੀਂ ਜੋਖਮ ਨਹੀਂ ਲੈਣਾ ਚਾਹੁੰਦੇ ਤਾਂ ਬੈਂਕ ਦੇ ਵਿੱਚ ਪੈਸੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਫਿਕਸਡ ਡਿਪੋਜ਼ਿਟ FD ਵੀ ਕਰਵਾ ਸਕਦੇ ਹੋ। ਸੋ ਇਸ ਦੇ ਵਿੱਚ ਤੁਸੀਂ ਸੁਰੱਖਿਅਤ ਵੀ ਰਹੋਗੇ ਤੇ ਤੁਹਾਨੂੰ ਇਸ ਤੇ ਚੰਗਾ ਰਿਟਰਨ ਵੀ ਮਿਲੇਗਾ। ਤਾਂ ਫਿਰ ਰੁਕਾਂਗੇ।